ਗੁਰੂ ਮਹਾਰਾਜ ਨੇ ਜਿਉਂਦੇ ਸਿਰਫ ਉਹਨਾਂ ਨੂੰ ਮੰਨਿਆ ਜਿਨ੍ਹਾਂ ਦੇ ਸੀਨੇ ਵਿੱਚ ਖਿੱਚ ਹੈ। ਸੀਨੇ ਖਿੱਚ ਜਿਹਨਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ। ਨਿਉਂ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ। ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ ਬਸਲੋਂ ਉਰੇ ਮੁਕਾਮ ਨਾ ਕੋਈ ਟੋਰ ਪਏ ਨਿਤਰੇ। ਕਹਿੰਦੇ ਸੰਸਾਰ ਦੇ ਅੰਦਰ ਦੋ ਤਰ੍ਹਾਂ ਦੇ ਮੁਰਦੇ ਹੋਇਆ ਕਰਦੇ। ਇੱਕ ਮੁਰਦੇ ਉਹ ਨੇ ਜਿਹਦੇ ਸਰੀਰ ਵਿੱਚੋਂ ਚੇਤਨ ਘਲਾ ਨਿਕਲ ਜਾਵੇ, ਫਿਰ ਉਹਨੂੰ ਨਾ ਸਾਹ ਆਉਂਦਾ ਨਾ ਸੁਣ ਸਕਦਾ, ਸਰੀਰ ਪਿਆ। ਉਹ ਵੀ ਦੋ ਚਾਰ ਦਿਨ ਪਿਆ ਰਹੇ, ਬਦਬੂ ਛੱਡ ਜਾਏਗਾ, ਕੀੜੇ ਪੈ ਜਾਣਗੇ, ਗਲ ਜਾਏਗਾ। ਉਹ ਮੁਰਦੇ ਨੂੰ ਅਸੀਂ ਜਾਣਦੇ ਹਾਂ। ਦੂਸਰਾ ਮੁਰਦਾ ਉਹ ਹੈ ਜਿਹਦੇ ਅੰਦਰ ਜ਼ਿੰਦਗੀ ਦੀ ਰੌ ਨਹੀਂ ਰੋਂਕਦੀ ਹੈ। ਕੈਮੀਕਲ ਜ਼ਿੰਦਗੀ ਜਾਂਦਾ, ਰੋਟੀ ਖਾ ਲਈ, ਪਾਣੀ ਪੀ ਲਿਆ, ਵਿਟਾਮਿਨ ਖਾ ਲਏ, ਦਵਾਈਆਂ ਲੈਣੀਆਂ ਜਾਂ ਹੋਰ ਕਰ ਲਿਆ, ਉਹ ਸਰੀਰ ਨੂੰ ਤੁਰਦਾ ਫਿਰਦਾ ਰੱਖਦਾ। ਪੜ੍ਹਦਾ ਵੀ ਹੈ, ਲਿਖਦਾ ਵੀ ਹੈ, ਡਿਗਰੀਆਂ ਵੀ ਲੈਂਦਾ, ਨੌਕਰੀਆਂ ਵੀ ਬੜੀਆਂ ਬੜੀਆਂ ਕਰਦਾ। ਉਹ ਜਿਉਂਦਾ ਜਾਗਦਾ ਮੁਰਦਾ। ਦੋ ਕਿਸਮ ਦੇ ਮੁਰਦੇ ਹੋਇਆ ਕਰਦੇ ਨੇ। ਜਿਉਂਦਾ ਸਿਰਫ ਉਹ ਹੁੰਦਾ ਹੈ ਜਿਹਦੇ ਹਿਰਦੇ ਚ ਖਿੱਚ ਹੋਵੇ, ਜ਼ਿੰਦਗੀ ਹੋਵੇ, ਜੀਵਨ ਹੋ ਗਏ। ਅਰਦਾਸ ਕਰਦੇ ਹੁੰਦੇ ਪੁਰਾਣੇ ਸਿੰਘ, ਹੁਣ ਤਾਂ ਮੈਂ ਕਦੇ ਸੁਣੀ ਨਹੀਂ, ਹੇ ਪਾਤਸ਼ਾਹ ਸਾਨੂੰ ਜੀਵਨ ਬਖਸ਼, ਇੱਕ ਵਾਰੀ ਮੈਂ ਅਰਦਾਸ ਕਰਾਂ। ਦੇਹਰਾਦੂਨ ਦੀ ਬਾਤ ਹੈ, ਉੱਥੇ ਮਹਾਰਾਣੀ ਪਟਿਆਲਾ ਪਰਦੇ ਦੇ ਉਹਲੇ ਬੈਠੀ ਸੀ। ਜਦ ਅਰਦਾਸ ਕਰ ਹਟੇ, ਮੈਨੂੰ ਬੁਲਾਇਆ, ਬੁਲਾ ਕੇ ਕਹਿਣ ਲੱਗੀ ਵੀ ਤੁਸੀਂ ਅਰਦਾਸ ਕਰਦੇ ਹੋ ਜੀਵਨ ਵਗ, ਆਪਾਂ ਜਿਉਂਦੇ ਨਹੀਂ ਹਾਂ। ਮੈਂ ਕਿਹਾ ਬਿਲਕੁਲ ਗਲਤ, ਸਭ ਮੁਰਦੇ ਹਾਂ। ਕਹਿੰਦੇ ਉਹ ਜੀਵਨ ਕਿਹਾ ਜਾ ਫਿਰ? ਮੈਂ ਕਿਹਾ ਉਹ ਜੀਵਨ ਜਦ ਆਊ ਫਿਰ ਇਹ ਪਤਾ ਲੱਗੂਗਾ। ਉਹ ਜੀਵਨ ਜਦੋਂ ਆ ਗਿਆ ਫਿਰ ਮਰਦਾ ਨਹੀਂ ਆਦਮੀ, ਸਦਾ ਵਾਸਤੇ ਜਿਉਂਦਾ ਫਿਰ। ਤੇ ਗੁਰੂ ਮਹਾਰਾਜ ਨੇ ਬਿਲਕੁਲ ਕਲੀਅਰ ਕਿਹਾ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਈ। ਜਿਹਦੇ ਤਾਂ ਮਨ ਵਿੱਚ ਵਾਹਿਗੁਰੂ ਵਸ ਗਿਆ ਉਹ ਤਾਂ ਜਿਉਂਦਾ, ਜਿਹਦੇ ਮਨ ਵਿੱਚ ਨਹੀਂ ਵਸਿਆ ਉਹ ਮੁਰਦਾ। ਜੇ ਜੀਵੈ ਪਤ ਲੱਥੀ ਜਾਏ, ਜੇ ਜਿਉਂਦਾ ਹੈ ਤਾਂ ਉਹਦੀ ਪਤ ਲੈ ਰਹੀ ਹੈ, ਕਿਉਂਕਿ ਨਾਮ ਨਹੀਂ ਹੈ ਉਹਦੇ ਅੰਦਰ, ਪਿਆਰ ਨਹੀਂ ਹੈ, ਸਭ ਨਾਮ ਜੇਤਾ ਕੁਛ ਕਰ। ਵਾਹਿਗੁਰੂ ਨੂੰ ਭੁੱਲ ਕੇ ਜਿੰਨਾ ਖਾਂਦਾ ਪੀਂਦਾ ਸਭ ਹਰਾਮ ਕਰ ਰਿਹਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ। ਬੇਅੰਤ ਪੁਸਤਕਾਂ ਪੜ੍ਹ ਕੇ ਗਿਆਨ ਵੀ ਕਰਦਾ, ਲੋਕਾਂ ਨੂੰ ਉਪਦੇਸ਼ ਵੀ ਦਿੰਦਾ, ਪਰ ਮਨ ਦਾ ਅੰਨਾ ਹੈ, ਸੁਜਾਖਾ ਨਹੀਂ ਹੈ, ਦੂਏ ਪਾਸੇ ਦਾ ਪਤਾ ਨਹੀਂ। ਕੋਟੇ ਘਾਟੇ ਲਾ ਕੇ ਕੋਟੇਸ਼ਨਾਂ ਯਾਦ ਕਰਕੇ ਸੁਣਾਈ ਜਾਂਦਾ, ਕੜਛੀ ਫਿਰਦੀ ਹੈ ਦਾਲ ਸਬਜ਼ੀ ਦੇ ਅੰਦਰ, ਜਿਹੜਾ ਰਸੋਈਆ ਚੰਗੇ ਤੇ ਚੰਗਾ ਮਸਾਲਾ ਪਾਉਂਦਾ ਵੀ ਇਹਦਾ ਟੇਸਟ ਆ ਰਹੂਗਾ, ਜੇ ਆ ਇੰਨਾ ਪਾਤਾ ਇਹਦਾ ਟੇਸਟ ਇਹ ਰਹੂ, ਉਹ ਖਾਂਦਾ ਨਹੀਂ ਹੈ, ਕੇਵਲ ਉਹ ਪਾਉਂਦਾ ਹੈ, ਦੂਜੇ ਨੂੰ ਖਾਣ ਵਾਸਤੇ ਤਿਆਰ ਕਰਕੇ ਦੇ ਰਿਹਾ। ਲੇਕਿਨ ਕੜਛੀ ਉਹਦੇ ਵਿੱਚ ਫਿਰਦੀ ਹੈ, ਕੜਛੀ ਨੂੰ ਕੋਈ ਪਤਾ ਨਹੀਂ ਹੈ ਵੀ ਇਹਦਾ ਕੀ ਸਵਾਦ ਹੈ। ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਨਾਮ ਦੀ ਜ਼ਿੰਦਗੀ ਨਹੀਂ ਜਿਉਂਦਾ, ਮਹਾਰਾਜ ਕਹਿੰਦੇ ਉਹ ਕਿੰਨਾ ਹੀ ਪੜ੍ਹਿਆ ਹੋਇਆ, ਕਿੰਨੀਆਂ ਹੀ ਡਿਗਰੀਆਂ, ਕਿੱਦਾਂ ਹੀ ਬੜਾ ਅਹੁਦਾ, ਅਤ ਸੁੰਦਰ ਦੁਨੀਆ ਅਸਤੀਮ ਤੇ ਸੁੰਦਰ, ਕੁਲੀਨ ਉੱਚੀ ਕੁਲ ਵਾਲਾ, ਚਤਰ ਮੁੱਖ ਗਿਆਨੀ ਮੂੰਹ ਦਾ ਲੈਕਚਰ ਦੇਣ ਵਾਲਾ ਗਿਆਨੀ, ਸਾਰੀ ਦੁਨੀਆ ਤੋਂ ਜ਼ਿਆਦਾ ਧਨ, ਕਿਉਂਕਿ ਹਰੇਕ ਨਾਲ ਅਸਤੀਮ ਲੱਖ ਅੱਖਰ ਜੁੜਦਾ। ਤੇ ਉਹ ਹੈ ਕੀ? ਕਹਿੰਦੇ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ। ਸੋ ਬਾਣੀ ਤੋਂ ਇਹ ਪਤਾ ਲੱਗਦਾ ਹੈ ਵੀ ਜੇ ਹਿਰਦੇ ਵਿੱਚ ਪ੍ਰੀਤ ਨਹੀਂ ਪੈਦਾ ਹੋਈ ਤਾਂ ਅਸੀਂ ਮੁਰਦਿਆਂ ਦੇ ਵਿੱਚ ਜਾ ਰਹੇ ਹਾਂ। ਪ੍ਰੀਤ ਵਿੱਚ ਪ੍ਰੀਤ ਹੁੰਦੀ ਹੈ ਖਿੱਚ, ਜਿੰਨਾ ਚਿਰ ਹਿਰਦੇ ਚ ਖਿੱਚ ਨਹੀਂ ਪੈਦਾ ਹੁੰਦੀ। ਉਹਦੇ ਕਈ ਥਾਂ ਦੇ ਉੱਤੇ ਮਹਾਰਾਜ ਜੀ ਨੇ, ਭਾਈ ਗੁਰਦਾਸ ਜੀ ਨੇ ਅਲੰਕਾਰ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਚੰਦ ਚਕੋਰ ਪ੍ਰੀਤ ਆ
ਚਕੋਰ ਪ੍ਰੀਤੈ ਇੰਨਾ ਪਿਆਰ ਹੈ ਕਿ ਚਕੋਰ ਦਿਨ ਰਾਤ ਚੰਦਰਮਾ ਨੂੰ ਦੇਖਦੀ ਹੈ, ਗਰਦਨ ਬੋੜੀ ਜਾਂਦੀ ਹੈ ਨਾਲ ਦੀ ਨਾਲ ਵੀ ਕਿਤੇ ਅੱਖੋਂ ਓਹਲੇ ਨਾ ਹੋ ਜੇ, ਚੱਕਵੀ ਤੇ ਸੂਰਜ ਦਾ ਪਿਆਰ। ਸੋ ਇਸ ਤਰ੍ਹਾਂ ਦੇ ਨਾਲ ਜੇ ਹਿਰਦੇ ਚ ਪਿਆਰ ਨਹੀਂ ਤਾਂ ਮੁਰਦਾ ਹੋਇਆ ਕਰ। ਦੋ ਪ੍ਰੇਮੀ ਦੂਰ ਦੇਸ਼ ਦੇ ਵਿੱਚ ਚਟਾਗਾਂ ਦੇ ਨੇੜੇ ਅੰਮ੍ਰਿਤ ਵੇਲੇ ਆਪਣੇ ਆਪਣੇ ਭਜਨ ਬੰਦਗੀ ਤੋਂ ਵਿਹਲੇ ਹੋ ਕੇ ਬੈਠੇ ਨੇ, ਸਤਸੰਗ ਦਾ ਮਾਹੌਲ ਬਣਿਆ ਹੋਇਆ। ਇੱਕ ਦਾ ਨਾਮ ਇੰਦਰ ਸੈਨ ਹੈ ਅਤੇ ਇੱਕ ਦਾ ਨਾਮ ਚੰਡਾ ਹੈ। ਚੰਡਾ ਜੋ ਹੈ ਉਹ ਤਰਖਾਣ ਦਾ ਕੰਮ ਕਰਦਾ, ਉਹਨੂੰ ਵਾਢੀ ਕਹਿੰਦੇ ਨੇ, ਕੰਮ ਕਰਦਾ, ਮਿਹਨਤ ਕਰਦਾ ਦਿਨ ਰਾਤ ਭਾਈ ਲਾਲੋ ਵਾਂਗੂ। ਉਸ ਵੇਲੇ ਚੰਡਾ ਕਹਿਣ ਲੱਗਿਆ ਕਿ ਭਰਾ ਜੀ, ਕਿੰਨੀ ਦੇਰ ਹੋ ਗਈ ਆਪਾਂ ਨੂੰ ਸਤਸੰਗ ਕਰਦੇ, ਸ਼ਾਸਤਰ ਵੀ ਤੁਸੀਂ ਧਿਆਨ ਨਾਲ ਇਕੱਲੀ ਇਕੱਲੀ ਗੱਲ ਦੱਸ ਦੱਸ ਕੇ ਮੈਨੂੰ ਅਨਪੜ੍ਹ ਬੰਦੇ ਨੂੰ ਸਮਝਾ ਦਿੱਤੇ, ਹੋਰ ਵੀ ਇੱਥੇ ਸਾਧੂ ਮਹਾਤਮਾ ਆਉਂਦੇ ਨੇ ਸਤਸੰਗ ਕਰਦੇ ਹਾਂ, ਆਪਾਂ ਵੀ ਰੋਜ਼ ਸਤਸੰਗ ਕਰਦੇ ਹਾਂ, ਪਰ ਕਿੰਨੀ ਉਮਰ ਬੀਤ ਗਈ ਅੱਜ ਤੱਕ ਤਾਂ ਮਿਲਿਆ ਨਹੀਂ ਹੈ, ਕੋਈ ਆਸ ਵੀ ਨਹੀਂ ਹੈ। ਹਾਂ ਇਹ ਹੈ ਕਿ ਅਸੀਂ ਯੋਗ ਸ਼ਾਸਤਰ ਪੜ੍ਹਿਆ, ਪ੍ਰਾਣਾਂ ਦੇ ਉੱਤੇ ਕੰਟਰੋਲ ਕੀਤਾ, ਪ੍ਰਾਣ ਨੂੰ ਅੰਦਰ ਲਗਾਉਣ ਦਾ ਯਤਨ ਕੀਤਾ। ਇੱਥੇ ਯੋਗੀ ਵੀ ਆਉਂਦੇ ਰਹੇ, ਉਹਨਾਂ ਨੂੰ ਵੀ ਪੁੱਛਿਆ, ਕੁਝ ਕੁਝ ਚੌਲੇ ਜੇ ਤਾਂ ਵੱਜਣ ਲੱਗ ਗਏ ਪਰ ਬਣਿਆ ਨਹੀਂ ਅਜੇ ਕੁਛ। ਸੱਚੇ ਗੱਲ ਮੈਂ ਕਹਾਂਗਾ, ਉਹ ਕਹਿਣ ਲੱਗਿਆ ਚੰਡਾ, ਭਾਈ ਚੰਡਾ ਠੀਕ ਹੈ, ਅੰਦਰੋਂ ਮੇਰੇ ਆਵਾਜ਼ ਆਉਂਦੀ ਹੈ ਵੀ ਤੁਸੀਂ ਲੱਗੇ ਰਹੋ, ਕਦੇ ਤਾਂ ਕਦੇ ਆਏਗਾ ਜੀ ਦੱਸਣ ਵਾਲਾ, ਕਿਤੇ ਤਾਂ ਵੜੇਗਾ ਜੀ। ਪਰ ਪਿਆਰਿਆ ਮੈਂ ਸੁਣਿਆ ਜੇ ਖਿੱਚ ਹੋਵੇ, ਪਿਆਰ ਹੋਵੇ, ਜੇ ਅੰਦਰ ਦਰਸ਼ਨਾਂ ਦੀ ਪਿਆਸ ਹੋਵੇ, ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ, ਉਹ ਜਿਉਂਦਿਆਂ 'ਚ ਗਿਣਿਆ ਜਾਂਦਾ। ਜ਼ਿੰਦਗੀ ਹੈ ਅਜੇ, ਪਿਆਰ ਹੈ, ਆਪਾਂ ਨੂੰ ਦਰਸ਼ਨ ਦੀ ਪਿਆਸ ਹੈ, ਕਦੇ ਤਾਂ ਮਿਲੇਗਾ ਹੀ, ਝੌਲੇ ਜੇ ਵੱਜੀ ਜਾਂਦੇ ਨੇ, ਕੋਈ ਗੱਲ ਕਲੀਅਰ ਆਉਂਦੀ ਨਹੀਂ ਹੈ, ਮੈਨੂੰ ਵੀ ਨਹੀਂ ਆਉਂਦੀ, ਬਥੇਰੇ ਮੈਂ ਵਿਜ਼ਨ ਦੇਖਦਾ ਅਜੇ, ਪਰ ਪਤਾ ਨਹੀਂ ਲੱਗਦਾ ਵੀ ਕਿਹੜਾ ਆਊਗਾ ਅਤੇ ਕਿਹੜਾ ਸਾਨੂੰ